ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਬੇਟੇ ਤੁਸੀਂ ਆਪਣਾ ਪਲੱਸ ਟੂ ਦਾ ਫਸਟ ਲੈਸਨ ਅਸੀਂ ਕਰ ਰਹੇ ਸੀ ਇਸ ਅੱਜ ਦੇ ਟੌਪਿਕ ਤੋਂ ਪਹਿਲਾਂ ਤੁਹਾਨੂੰ ਯਾਦ ਹੈ ਕਿ ਮੈਂ ਤੁਹਾਨੂੰ ਲੈਸਨ ਕਰਵਾਇਆ ਰਾਜਨੀਤਿਕ ਪ੍ਰਣਾਲੀ ਪੋਲੀਟੀਕਲ ਸਿਸਟਮ ਸੋ 2 ਮਿੰਟ ਲਗਾ ਕੇ ਪਹਿਲਾਂ ਅਸੀਂ ਉਸਨੂੰ ਰਿਵਾਈਜ਼ ਕਰਦੇ ਹਾਂ ਰਾਜਨੀਤਿਕ ਪ੍ਰਣਾਲੀ 2 ਸ਼ਬਦਾਂ ਦੇ ਮੇਲ ਤੋਂ ਬਣਿਆ ਸੀ ਯਾਦ ਹੈ ਬੇਟੇ ਪੋਲੀਟੀਕਲ ਜਮ੍ਹਾਂ ਸਿਸਟਮ ਅਤੇ ਪੋਲੀਟੀਕਲ ਭਾਵ ਰਾਜਨੀਤਿਕ ਦਾ ਅਰਥ ਸੀ ਉਚਿਤ ਨਿਯਮਿਤ ਕਾਨੂੰਨੀ ਸਰੀਰਕ ਜਬਰ ਸ਼ਕਤੀ ਅਤੇ ਪ੍ਰਣਾਲੀ ਦਾ ਅਰਥ ਮੈਂ ਤੁਹਾਨੂੰ ਦੱਸਿਆ ਸੀ ਵੱਖੋ ਵੱਖਰੇ ਅੰਗ ਜੋ ਆਪਣਾ ਆਪਣਾ ਕੰਮ ਕਰਦੇ ਹੋਏ ਇੱਕ ਦੂਜੇ ਉੱਤੇ ਨਿਰਭਰ ਕਰਦੇ ਹਨ ਹਰੇਕ ਅੰਗ ਦਾ ਅਸਰ ਇੱਕ ਦੂਸਰੇ 'ਤੇ ਪੈਂਦਾ ਹੈ ਸੋ ਤੁਸੀਂ ਜਦੋਂ ਅਸੀਂ ਇਹਨਾਂ ਦੋਨਾਂ ਅੱਖਰਾਂ ਨੂੰ ਇਕੱਠੇ ਜੋੜਿਆ ਸੀ ਬੱਚੇ ਤਾਂ ਤੁਹਾਨੂੰ ਯਾਦ ਹੋਏਗਾ ਅਸੀਂ ਕੀਤਾ ਸੀ ਕਿ ਰਾਜਨੀਤਿਕ ਪ੍ਰਣਾਲੀ ਅੱਜ ਦੇ ਸਮੇਂ ਦੇ ਵਿੱਚ ਆਧੁਨਿਕ ਰਾਜਨੀਤਿਕ ਸ਼ਾਸਤਰ ਦੀ ਸਭ ਤੋਂ ਮਹੱਤਵਪੂਰਨ ਧਾਰਨਾ ਹੈ ਜਿਵੇਂ ਪੁਰਾਣੇ ਰਾਜਨੀਤੀ ਸ਼ਾਸਤਰ ਵਿੱਚ ਸਭ ਤੋਂ ਮਹੱਤਵਪੂਰਨ ਰਾਜ ਨੂੰ ਮੰਨਿਆ ਜਾਂਦਾ ਸੀ ਸਾਰੇ ਕੰਮ ਰਾਜ ਰਾਹੀਂ ਕੀਤੇ ਜਾਂਦੇ ਸੀ ਉਸੇ ਤਰੀਕੇ ਦੇ ਨਾਲ ਅੱਜ ਪ੍ਰਮੁੱਖ ਮੰਨਿਆ ਜਾਂਦਾ ਹੈ ਰਾਜਨੀਤਿਕ ਪ੍ਰਣਾਲੀ ਨੂੰ ਸੋ ਰਾਜਨੀਤਿਕ ਪ੍ਰਣਾਲੀ ਦੇਸ਼ ਦੀ ਉਹ ਪ੍ਰਣਾਲੀ ਹੈ ਜੋ ਬਾਕੀ ਸਭ ਪ੍ਰਣਾਲੀਆਂ ਨੂੰ ਰੈਗੂਲੇਟ ਕਰਦੀ ਹੈ ਚਲਾਉਂਦੀ ਹੈ ਦੇਸ਼ ਦਾ ਸਮਾਜਿਕ ਢਾਂਚਾ ਹੋਵੇ ਆਰਥਿਕ ਢਾਂਚਾ ਹੋਵੇ ਰਾਜਨੀਤਿਕ ਢਾਂਚਾ ਹੈ ਤਾਂ ਹੀ ਪ੍ਰਭਾਵਿਤ ਹੁੰਦੇ ਹਨ ਸਾਡਾ ਵਿੱਦਿਅਕ ਢਾਂਚਾ ਸਾਡਾ ਧਾਰਮਿਕ ਢਾਂਚਾ ਇਹ ਵੀ ਬੇਟੇ ਰਾਜਨੀਤਿਕ ਢਾਂਚੇ ਤੋਂ ਹੀ ਪ੍ਰਭਾਵਿਤ ਹੁੰਦੇ ਹਨ ਸੋ ਜੋ ਇਹ ਰਾਜਨੀਤਿਕ ਪ੍ਰਣਾਲੀ ਹੈ ਹੁਣ ਤੁਸੀਂ ਕਹੋਗੇ ਕਿ ਰਾਜਨੀਤਿਕ ਪ੍ਰਣਾਲੀ ਦਾ ਮੁੱਖ ਕੰਮ ਕੀ ਹੈ ਬੱਚੇ ਰਾਜਨੀਤਿਕ ਪ੍ਰਣਾਲੀ ਤੁਸੀਂ ਦੱਸੋ ਤੁਹਾਡੇ ਦੇਸ਼ ਦੀ ਪ੍ਰਣਾਲੀ ਹੈ ਇਸ ਦਾ ਮੁੱਖ ਕੰਮ ਕੀ ਹੈ ਲੋਕਾਂ ਨੇ ਮੰਗਾਂ ਕਰੀ ਜਾਣੀਆਂ ਹਨ ਅਤੇ ਪ੍ਰਣਾਲੀ ਦਾ ਮੁੱਖ ਕੰਮ ਹੈ ਲੋਕਾਂ ਦੀਆਂ ਮੰਗਾਂ ਨੂੰ ਪੂਰੇ ਕਰਦੇ ਜਾਣਾ ਪ੍ਰਣਾਲੀ ਦੇ ਅੱਗੇ ਲੋਕ ਮੰਗਾਂ ਰੱਖੀ ਜਾਂਦੇ ਹਨ ਪ੍ਰਣਾਲੀ ਉਸਨੂੰ ਪੂਰਾ ਕਰਦੀ ਜਾਂਦੀ ਹੈ ਔਰ ਯਾਦ ਰੱਖਣਾ ਜਿਹੜੇ ਦੇ ਜਿਹੜੀ ਪ੍ਰਣਾਲੀ ਜਿਹੜੀ ਸਰਕਾਰ ਜਿਹੜਾ ਢਾਂਚਾ ਲੋਕਾਂ ਦੀਆਂ ਵੱਧ ਤੋਂ ਵੱਧ ਮੰਗਾਂ ਨੂੰ ਪੂਰੀਆਂ ਕਰਦਾ ਹੈ ਲੋਕਾਂ ਨੂੰ ਵੱਧ ਤੋਂ ਵੱਧ ਸੈਟਿਸਫਾਈ ਕਰਦਾ ਹੈ ਲੋਕਾਂ ਨੂੰ ਵੱਧ ਤੋਂ ਵੱਧ ਖੁਸ਼ ਕਰ ਸਕਦਾ ਹੈ ਉਸੇ ਨੂੰ ਹੀ ਅਸੀਂ ਇੱਕ ਸਕਸੈਸਫੁੱਲ ਪ੍ਰਣਾਲੀ ਮੰਨਦੇ ਹਾਂ ਸੋ ਯਾਦ ਰੱਖਣਾ ਕਿ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਜਿਉਂਦੇ ਜੀ ਮਨੁੱਖ ਦੀਆਂ ਮੰਗਾਂ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ ਤੁਹਾਨੂੰ ਪਤਾ ਹੈ ਤੁਸੀਂ ਘਰਾਂ 'ਚ ਦੇਖੋ ਜੇ ਮੰਮੀ ਡੈਡੀ ਇੱਕ ਚੀਜ਼ ਲੈ ਦਿੰਦੇ ਆ ਤੁਹਾਡੇ ਕੋਲ ਦੂਸਰੀ ਡਿਮਾਂਡ ਸ਼ੁਰੂ ਹੋ ਜਾਂਦੀ ਹੈ ਹੁਣ ਜੇ ਤੁਹਾਨੂੰ ਦੂਸਰੀ ਤੁਹਾਡੀ ਪੂਰੀ ਹੋ ਗਈ ਥੋੜ੍ਹੇ ਦੇਰ ਬਾਅਦ ਤੁਸੀਂ ਕਹਿੰਦੇ ਹੋ ਹੁਣ ਮੈਨੂੰ ਇਹ ਚਾਹੀਦਾ ਹੈ ਜਦੋਂ ਤੱਕ ਮਨੁੱਖ ਜਿਉਂਦਾ ਹੈ ਮਨੁੱਖ ਦੀਆਂ ਮੰਗਾਂ ਕਦੇ ਵੀ ਪੂਰੀ ਨਹੀਂ ਹੁੰਦੀਆਂ ਔਰ ਜਦੋਂ ਮਨੁੱਖ ਦੀਆਂ ਮੰਗਾਂ ਪੂਰੀਆਂ ਨਹੀਂ ਹੋਣੀਆਂ ਤਾਂ ਇਸੇ ਤਰੀਕੇ ਦੇ ਨਾਲ ਪ੍ਰਣਾਲੀ ਦੇ ਕੰਮ ਵੀ ਪੂਰੇ ਨਹੀਂ ਹੋਣੇ ਕਦੇ ਵੀ ਇੱਦਾਂ ਨਹੀਂ ਹੋ ਸਕਦਾ ਤੁਸੀਂ ਦੇਖੋ ਕਦੇ ਵੀ ਇਹ ਨਹੀਂ ਹੋ ਸਕਦਾ ਕਿ ਲੋਕ ਆਪਣੇ ਢਾਂਚੇ ਨੂੰ ਆਪਣੇ ਸਿਸਟਮ ਨੂੰ ਇਹ ਗੱਲ ਕਹਿ ਦੇਣ ਵੀ ਬਸ ਬਈ ਹੁਣ ਸਾਨੂੰ ਕੁਛ ਨਹੀਂ ਚਾਹੀਦਾ ਹੁਣ ਅਸੀਂ ਪੂਰੀ ਤਰ੍ਹਾਂ ਸੈਟਿਸਫਾਈਡ ਹੈ ਹੁਣ ਸਾਡੇ ਸਰਕਾਰ ਤੋਂ ਸਾਨੂੰ ਕੁਝ ਨਹੀਂ ਚਾਹੀਦਾ ਇਹ ਕਦੇ ਵੀ ਨਹੀਂ ਹੋਏਗਾ ਸੋ ਯਾਦ ਰੱਖਣਾ ਹੈ ਨਾ ਤਾਂ ਮੰਗਾਂ ਮੁੱਕਦੀਆਂ ਹਨ ਨਾ ਹੀ ਪ੍ਰਣਾਲੀ ਦੇ ਕੰਮ ਮੁੱਕਦੇ ਹਨ ਹੁਣ ਤੁਹਾਡੇ ਪੇਰੈਂਟਸ ਹੈ ਉਹ ਕੰਮ ਕਿਉਂ ਕਰਦੇ ਹਨ ਕਿਉਂਕਿ ਤੁਹਾਡੀਆਂ ਲੋੜਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ ਮੰਗਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ ਕਦੇ ਘਰ ਦੇ ਵਿੱਚ ਰਾਸ਼ਨ ਦੀ ਮੰਗ ਆ ਗਈ ਕਦੇ ਬੱਚਿਆਂ ਦੀ ਫੀਸ ਦੀ ਮੰਗ ਆ ਗਈ ਕਦੇ ਤੁਸੀਂ TV ਮੰਗ ਲਿਆ ਕਦੇ ਕਿਸੇ ਨੇ ਸਾਈਕਲ ਮੰਗ ਲਈ ਤੁਹਾਡੇ ਮੰਮੀ ਡੈਡੀ ਇੱਕ ਮੰਗ ਪੂਰੀ ਕਰਦੇ ਹੈ ਉਨੀ ਦੇਰ ਨੂੰ ਤੁਹਾਡੀ ਦੂਜੀ ਡਿਮਾਂਡ ਸ਼ੁਰੂ ਹੋ ਜਾਂਦੀ ਹੈ ਠੀਕ ਇਸੇ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਕਦੇ ਲੋਕ ਕਹਿੰਦੇ ਆ ਸਰਕਾਰ ਬੇਰੁਜ਼ਗਾਰੀ ਦੂਰ ਕਰੇ ਕੁਛ ਲੋਕ ਕਹਿੰਦੇ ਆ ਸਰਕਾਰ ਡੈਮ ਬਣਾਵੇ ਕੋਈ ਕਹਿੰਦਾ ਨਹੀਂ ਪਹਿਲਾਂ ਪੁਲਾਂ ਦਾ ਨਿਰਮਾਣ ਕਰੇ ਕੋਈ ਕਹਿੰਦਾ ਕਿ ਨਹੀਂ ਜੀ ਵਾਤਾਵਰਣ ਦੇ ਸੁਧਾਰ ਲਈ ਕੰਮ ਕਰੇ ਕੋਈ ਕਹਿੰਦਾ ਨਹੀਂ ਨਹੀਂ ਅਨਾਜ ਦੀਆਂ ਕੀਮਤਾਂ ਨਿਸ਼ਚਿਤ ਕਰੇ ਕੋਈ ਕਹਿੰਦਾ ਲੋਕਾਂ ਨੂੰ ਰੁਜ਼ਗਾਰ ਦੇਵੇ ਕੋਈ ਕਹਿੰਦਾ ਗਰੀਬੀ ਦੂਰ ਕਰੇ ਭਾਵ ਅਣਗਿਣਤ ਮੰਗਾਂ ਪ੍ਰਣਾਲੀ ਦੇ ਅੱਗੇ ਚੱਲਦੀਆਂ ਰਹਿੰਦੀਆਂ ਹਨ ਅਤੇ ਪ੍ਰਣਾਲੀ ਦਾ ਕੰਮ ਹੈ ਉਹਨਾਂ ਸਾਰੀਆਂ ਮੰਗਾਂ ਨੂੰ ਸਮੇਂ-ਸਮੇਂ 'ਤੇ ਪੂਰਾ ਕਰਦੇ ਰਹਿਣਾ ਅਤੇ ਯਾਦ ਰੱਖਣਾ ਕਿਹੜੀ ਪ੍ਰਣਾਲੀ ਸਭ ਤੋਂ ਵਧੀਆ ਹੋਏਗੀ ਉਹ ਪ੍ਰਣਾਲੀ ਜੋ ਲੋਕਾਂ ਦੀਆਂ ਵੱਧ ਤੋਂ ਵੱਧ ਮੰਗਾਂ ਨੂੰ ਪੂਰਾ ਕਰਨ ਦਾ ਕੰਮ ਕਰਦੀ ਹੈ ਉਸਨੂੰ ਅਸੀਂ ਇੱਕ ਵਧੀਆ ਰਾਜਨੀਤਿਕ ਪ੍ਰਣਾਲੀ ਦਾ ਦੁਤਵਾ ਦੇ ਸਕਦੇ ਹਾਂ ਹੁਣ ਪ੍ਰਣਾਲੀ ਨੇ ਕੰਮ ਕਰਨੇ ਹਨ ਤੁਸੀਂ ਤਾਂ ਮੰਗਾਂ ਰੱਖੀਗੇ ਕਿ ਇਹ ਕਰੋ ਇਹ ਕਰੋ ਇਹ ਕਰੋ ਇਹ ਕਰੋ ਹੁਣ ਪ੍ਰਣਾਲੀ ਨੇ ਉਹ ਕੰਮ ਕਰਨੇ ਕਿੱਦਾਂ ਹਨ ਪ੍ਰਣਾਲੀ ਨੂੰ ਕੰਮ ਕਰਨ ਦੇ ਲਈ ਕੀ ਚਾਹੀਦਾ ਹੈ ਪ੍ਰਣਾਲੀ ਨੂੰ ਆਮਦਨ ਦੇ ਸਾਧਨ ਵੀ ਚਾਹੀਦੇ ਹੈ ਪ੍ਰਣਾਲੀ ਨੂੰ ਅਧਿਕਾਰੀ ਵੀ ਚਾਹੀਦੇ ਹੈ ਪ੍ਰਣਾਲੀ ਨੂੰ ਕਰਮਚਾਰੀ ਵੀ ਚਾਹੀਦੇ ਹੈ ਪ੍ਰਣਾਲੀ ਨੂੰ ਹਰ ਇੱਕ ਲੈਵਲ ਦੇ ਉੱਤੇ ਹਿਊਮਨ ਰਿਸੋਰਸਿਸ ਵੀ ਚਾਹੀਦੇ ਹੈ ਸੋ ਅੱਜ ਜਾਂ ਅਸੀਂ ਟੌਪਿਕ ਕਰਾਂਗੇ ਅੱਜ ਅਸੀਂ ਇਹੀ ਟੌਪਿਕ ਕਰਾਂਗੇ ਕਿ ਰਾਜਨੀਤਿਕ ਪ੍ਰਣਾਲੀ ਜੋ ਲੋਕਾਂ ਦੀਆਂ ਮੰਗਾਂ ਨੂੰ ਵੱਧ ਤੋਂ ਵੱਧ ਪੂਰਾ ਕਰਨ ਦਾ ਯਤਨ ਕਰਦੀ ਹੈ ਉਹ ਪ੍ਰਣਾਲੀ ਇੰਨੇ ਕੰਮ ਕਿਵੇਂ ਕਰਦੀ ਹੈ ਉਹ ਕਿਹੜੇ ਢਾਂਚੇ ਹਨ ਉਹ ਕਿਹੜੀ ਸੰਰਚਨਾਵਾਂ ਹਨ ਉਹ ਕਿਹੜੇ ਅੰਗ ਹਨ ਜੋ ਪ੍ਰਣਾਲੀ ਦੀ ਹੈਲਪ ਕਰਦੇ ਹਨ
ਕਿਸ ਕੰਮ ਦੇ ਵਿੱਚ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਵਿੱਚ ਸੋ ਮੈਂ ਇਸ ਤੋਂ ਬਾਅਦ ਬੱਚੇ ਸਾਹਿਬ ਤੁਹਾਡੇ ਅੱਜ ਦੇ ਟੌਪਿਕ 'ਤੇ ਆਪਾਂ ਆਉਂਦੇ ਹਾਂ ਹੁਣ ਤੁਸੀਂ ਸਲਾਈਡ ਦੇ ਉੱਤੇ ਦੇਖੋ ਬੱਚੇ ਕਿ ਰਾਜਨੀਤਿਕ ਪ੍ਰਣਾਲੀ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਕਾਰਜ ਕਰਦੀ ਹੈ ਇਹ ਕਾਰਜ ਸੰਰਚਨਾਵਾਂ ਦੀ ਮਦਦ ਨਾਲ ਕਰਦੀ ਹੈ ਇਹ ਵਰਡ ਤੁਸੀਂ ਦੇਖੋ ਧਿਆਨ ਨਾਲ ਸੰਰਚਨਾਵਾਂ ਸੰਰਚਨਾਵਾਂ ਦੀ ਮਦਦ ਨਾਲ ਇਹ ਕੰਮ ਕਰਦੀ ਹੈ ਸਰਕਾਰ ਹੁਣ ਆਪਾਂ ਗੱਲ ਕਿਹਦੀ ਕਰ ਰਹੇ ਹਾਂ ਸਰਕਾਰ ਦੀ ਸਰਕਾਰ ਇੱਕ ਅਜਿਹੀ ਸੰਰਚਨਾ ਹੈ ਜਿਸ ਦੁਆਰਾ ਰਾਜ ਦੇ ਸਾਰੇ ਕੰਮ ਕੀਤੇ ਜਾਂਦੇ ਹਨ ਪਲੱਸ ਵਨ ਯਾਦ ਕਰੋ ਰਾਜ ਦੇ ਚਾਰ ਅੰਗ ਸੀ ਜਨਸੰਖਿਆ ਨਿਸ਼ਚਿਤ ਇਲਾਕਾ ਸਰਕਾਰ ਅਤੇ ਪ੍ਰਭੂ ਸਥਾ ਉੱਥੇ ਤੁਸੀਂ ਕੀ ਕੀਤਾ ਸੀ ਸਰਕਾਰ ਕਿਹੜੀ ਏਜੰਸੀ ਹੁੰਦੀ ਹੈ ਸਰਕਾਰ ਉਹ ਏਜੰਸੀ ਹੁੰਦੀ ਹੈ ਜਿਸ ਰਾਹੀਂ ਰਾਜ ਆਪਣੇ ਸਾਰੇ ਕੰਮ ਕਰਦਾ ਹੈ ਅਸੀਂ ਰਾਜ ਨੂੰ ਦੇਖ ਨਹੀਂ ਸਕਦੇ ਪਰ ਅਸੀਂ ਸਰਕਾਰ ਨੂੰ ਦੇਖ ਸਕਦੇ ਹਾਂ ਸਰਕਾਰ ਨੂੰ ਕੰਮ ਕਰਦੇ ਹੋਏ ਸਾਨੂੰ ਦੇਖਿਆ ਜਾ ਸਕਦਾ ਹੈ ਸੋ ਅੱਗੇ ਹਰੇਕ ਰਾਜਨੀਤਿਕ ਪ੍ਰਣਾਲੀ ਵਿੱਚ ਸੰਰਚਨਾਵਾਂ ਇਹ ਵਰਡ ਤੁਹਾਡਾ ਦੇਖੋ ਦੋ ਵਾਰ ਰਿਪੀਟ ਹੋਇਆ ਹੈ ਸੰਰਚਨਾਵਾਂ ਇਹ ਵਰਡ ਮੈਂ ਤੁਹਾਨੂੰ ਹੁਣੇ ਐਕਸਪਲੇਨ ਕਰਾਂਗੀ ਸੰਰਚਨਾਵਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਲੋਕਾਂ ਦੀਆਂ ਮੰਗਾਂ ਸੰਤੁਸ਼ਟ ਵੀ ਹੋ ਸਕਦੀਆਂ ਹਨ ਅਤੇ ਨਹੀਂ ਵੀ ਹੋ ਸਕਦੀਆਂ ਦੋਨੋਂ ਗੱਲਾਂ ਹੈ ਲੋਕਾਂ ਨੇ ਸਰਕਾਰ ਤੋਂ ਕੋਈ ਮੰਗ ਕੀਤੀ ਸਰਕਾਰ ਨੇ ਪੂਰੀ ਕਰਤੀ ਲੋਕ ਖੁਸ਼ ਹੋ ਗਏ ਸੰਤੁਸ਼ਟ ਹੋ ਗਏ ਇਹ ਵੀ ਹੋ ਸਕਦਾ ਹੈ ਕਿ ਸਰਕਾਰ ਨੇ ਮੰਗ ਪੂਰੀ ਕੀਤੀ ਮੰਨ ਲਓ ਲੋਕਾਂ ਨੇ ਕਿਹਾ ਕਿ ਸਾਨੂੰ 20% ਇਸ ਵੇਲੇ ਤਨਖਾਹ ਦੇ ਵਿੱਚ ਹਾਈਕ ਦਿੱਤੀ ਜਾਵੇ ਵਾਧਾ ਦਿੱਤਾ ਜਾਵੇ ਸਰਕਾਰ ਨੇ ਦੇਖਿਆ ਉਹ ਕਹਿੰਦੀ ਕਿ ਨਹੀਂ ਅਸੀਂ 20% ਹਾਈਕ ਨਹੀਂ ਦੇ ਸਕਦੇ ਤਾਂ ਸਰਕਾਰ ਕੀ ਕਰੇਗੀ ਸਰਕਾਰ ਨੇ 10% ਹਾਈਕ ਦੇ ਦਿੱਤੀ ਅਤੇ ਅੱਗੋਂ ਲੋਕ ਸੰਤੁਸ਼ਟ ਹੀ ਨਹੀਂ ਹੋਏ ਉਹ ਕਹਿੰਦੇ ਲੈ 10% ਦੇਣ ਦਾ ਕੀ ਫਾਇਦਾ ਸੀ ਇਹ ਵੀ ਨਾ ਦਿੰਦੇ ਇਹ ਹੋ ਸਕਦਾ ਹੈ ਕਿ ਜੋ ਕੁਛ ਲੋਕ ਮੰਗ ਕਰਦੇ ਹਨ ਉਸ ਮੰਗ ਤੋਂ ਲੋਕ ਸੰਤੁਸ਼ਟ ਵੀ ਹੋ ਸਕਦੇ ਹਨ ਜੇ ਤਾਂ ਸੰਤੁਸ਼ਟ ਹੋ ਗਏ ਫਿਰ ਉਹ ਨਵੀਂ ਮੰਗ ਰੱਖ ਦੇਣਗੇ ਜੇ ਨਹੀਂ ਸੰਤੁਸ਼ਟ ਹੋਏ ਤਾਂ ਉਹੀ ਮੰਗ ਇੱਕ ਵਾਰ ਫਿਰ ਪ੍ਰਣਾਲੀ ਦੇ ਕੋਲ ਚਲੀ ਜਾਂਦੀ ਹੈ ਸੋ ਮੈਂ ਫਿਰ ਰਿਪੀਟ ਕਰ ਰਹੀ ਹਾਂ ਕਿ ਲੋਕਾਂ ਦੀਆਂ ਮੰਗਾਂ ਸੰਤੁਸ਼ਟ ਹੋ ਵੀ ਸਕਦੀਆਂ ਹਨ ਅਤੇ ਨਹੀਂ ਵੀ ਹੋ ਸਕਦੀਆਂ ਜੇਕਰ ਮੰਗਾਂ ਸੰਤੁਸ਼ਟ ਨਹੀਂ ਹੁੰਦੀਆਂ ਤਾਂ ਉਹ ਫਿਰ ਤੋਂ ਨਵੀਂ ਮੰਗ ਦਾ ਰੂਪ ਧਾਰਨ ਕਰ ਸਕਦੀਆਂ ਹਨ ਇਹ ਸਾਰੀ ਪ੍ਰਕਿਰਿਆ ਨੂੰ ਅਸੀਂ ਕਹਿੰਦੇ ਹਾਂ ਫੀਡਬੈਕ ਲੂਪ ਕੀ ਕਹਿੰਦੇ ਹਾਂ ਫੀਡਬੈਕ ਲੂਪ ਇਹ ਤੁਸੀਂ ਯਾਦ ਰੱਖਣਾ ਹੈ ਹੁਣ ਇਹਦੇ 'ਚ ਵਾਰ ਵਾਰ ਬੱਚੇ ਜਿਹੜਾ ਵਰਡ ਆਇਆ ਹੈ ਸੰਰਚਨਾ ਹੁਣ ਇੱਥੇ ਤੱਕ ਮੈਂ ਤੁਹਾਨੂੰ ਫਿਰ ਐਕਸਪਲੇਨ ਕਰ ਰਹੀ ਹਾਂ ਕਿ ਹਰੇਕ ਰਾਜ ਦੇਸ਼ ਵਿੱਚ ਸਭ ਤੋਂ ਉੱਪਰ ਹੁੰਦੀ ਹੈ ਰਾਜਨੀਤਿਕ ਪ੍ਰਣਾਲੀ ਰਾਜਨੀਤਿਕ ਪ੍ਰਣਾਲੀ ਦਾ ਮੁੱਖ ਕੰਮ ਹੁੰਦਾ ਹੈ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਨਾ ਮੰਗਾਂ ਪੂਰਨ ਕਰਨ ਦੇ ਲਈ ਰਾਜਨੀਤਿਕ ਪ੍ਰਣਾਲੀ ਦੀ ਸੰਰਚਨਾ ਹੁੰਦੀ ਹੈ ਸੰਰਚਨਾ ਭਾਵ ਅੰਗ ਸੰਰਚਨਾ ਦਾ ਮਤਲਬ ਹੈਗਾ ਬੇਟੇ ਅੰਗ ਸਭ ਤੋਂ ਵੱਡੀ ਸੰਰਚਨਾ ਕੀ ਹੈ ਸਭ ਤੋਂ ਵੱਡਾ ਕਿਹੜਾ ਅੰਗ ਹੈ ਜੋ ਲੋਕਾਂ ਦੇ ਕੰਮ ਕਰਦਾ ਹੈ ਸਰਕਾਰ ਸਰਕਾਰ ਸਭ ਤੋਂ ਵੱਡਾ ਉਹ ਅੰਗ ਹੈ ਜਿਸ ਰਾਹੀਂ ਪ੍ਰਣਾਲੀ ਆਪਣੇ ਸਾਰੇ ਕੰਮ ਕਰਾਉਂਦੀ ਹੈ ਉਸ ਤੋਂ ਇਲਾਵਾ ਲੋਕ ਪ੍ਰਣਾਲੀ ਅੱਗੇ ਮੰਗਾਂ ਰੱਖਦੇ ਰਹਿੰਦੇ ਹਨ ਲੋਕ ਉਹਨਾਂ ਮੰਗਾਂ ਤੋਂ ਸੰਤੁਸ਼ਟ ਹੋ ਵੀ ਸਕਦੇ ਹਨ ਅਤੇ ਸੰਤੁਸ਼ਟ ਨਹੀਂ ਵੀ ਹੋ ਸਕਦੇ ਜੇਕਰ ਲੋਕ ਸੰਤੁਸ਼ਟ ਹੋਣਗੇ ਤਾਂ ਨਵੀਂ ਮੰਗ ਰੱਖ ਦੇਣਗੇ ਜੇਕਰ ਨਹੀਂ ਸੰਤੁਸ਼ਟ ਹੋਣਗੇ ਤਾਂ ਉਹ ਮੰਗ ਇੱਕ ਵਾਰ ਫਿਰ ਮੰਗ ਬਣ ਕੇ ਸਰਕਾਰ ਦੇ ਕੋਲ ਆ ਜਾਂਦੀ ਹੈ ਸੋ ਇਸ ਕਿਰਿਆ ਨੂੰ ਅਸੀਂ ਕਹਿੰਦੇ ਹਾਂ ਫੀਡਬੈਕ ਲੂਪ ਇਹ ਸਾਰਾ ਕੰਮ ਪ੍ਰਣਾਲੀ ਵਿੱਚ ਯਾਦ ਰੱਖਣਾ ਹੈ ਮੈਂ ਤੁਹਾਨੂੰ ਦੱਸਿਆ ਕਿ ਮੰਗਾਂ ਕਦੇ ਵੀ ਖਤਮ ਨਹੀਂ ਹੋਣੀਆਂ ਜੇ ਮੰਗਾਂ ਖਤਮ ਨਹੀਂ ਹੋਣੀਆਂ ਤਾਂ ਪ੍ਰਣਾਲੀ ਦੇ ਨਿਰਣੇ ਪ੍ਰਣਾਲੀ ਦੇ ਕੰਮ ਕਦੇ ਖਤਮ ਨਹੀਂ ਹੋਣੇ ਸੋ ਹੁਣ ਇਸ ਤੋਂ ਅੱਗੇ ਬੇਟੇ ਅਸੀਂ ਅਗਲਾ ਜੋ ਸਾਡਾ ਵਾਰ ਵਾਰ ਜੋ ਤੁਹਾਡੇ ਕੋਲ ਅੱਖਰ ਆ ਰਿਹਾ ਸੀ ਉਹ ਆ ਰਿਹਾ ਸੀ ਪ੍ਰਣਾਲੀ ਦੇ ਸੰਰਚਨਾ ਪ੍ਰਣਾਲੀ ਦੀ ਸੰਰਚਨਾ ਜਾਂ ਢਾਂਚਾ ਹੁਣ ਤੁਸੀਂ ਪਹਿਲਾਂ ਇਹ ਮੇਰੇ ਤੋਂ ਸਮਝੋ ਉਸ ਤੋਂ ਬਾਅਦ ਅਸੀਂ ਸਲਾਈਡ ਦੇ ਥਰੂ ਵੀ ਇਸਨੂੰ ਦੇਖਾਂਗੇ ਸੋ ਪ੍ਰਣਾਲੀ ਦੀ ਸੰਰਚਨਾ ਜਾਂ ਢਾਂਚਾ ਸ਼ਬਦ ਨੂੰ ਦੇਖ ਕੇ ਤੁਸੀਂ ਔਖੇ ਸ਼ਬਦ ਨੂੰ ਦੇਖ ਕੇ ਬੱਚੇ ਕਨਫਿਊਜ਼ ਨਹੀਂ ਹੋਣਾ ਵਰਡ ਹੈ ਸੰਰਚਨਾ ਜਾਂ ਇਹਨੂੰ ਅਸੀਂ ਕਹਿ ਸਕਦੇ ਹਾਂ ਢਾਂਚਾ ਜੇ ਆਪਾਂ ਸਹੀ ਮੈਨੇਜ ਪੁੱਛੀਏ ਸਭ ਕੁਛ ਸੌਖਾ ਵਰਤੀਏ ਤਾਂ ਆਪਾਂ ਯੂਜ਼ ਕਰਾਂਗੇ ਅੰਗ ਸੰਰਚਨਾ ਢਾਂਚਾ ਜਾਂ ਅੰਗ ਮੈਂ ਤੁਹਾਨੂੰ ਦੱਸਿਆ ਕਿ ਹਰੇਕ ਰਾਜਨੀਤਿਕ ਪ੍ਰਣਾਲੀ ਨੇ ਕੰਮ ਕਰਨਾ ਹੈ ਕੰਮ ਕਰਨ ਦੇ ਲਈ ਉਹਨੂੰ ਕੀ ਚਾਹੀਦੇ ਨੇ ਆਪਣੇ ਡਿਫਰੈਂਟ ਅੰਗ ਚਾਹੀਦੇ ਨੇ ਆਪਣੇ ਜਿਵੇਂ ਹੁਣ ਮਨੁੱਖੀ ਸਰੀਰ ਹੈ ਜੇ ਅਸੀਂ ਕੋਈ ਵੀ ਕੰਮ ਕਰਨਾ ਹੈ ਸਾਨੂੰ ਸਾਡੇ ਅੰਗ ਜ਼ਰੂਰੀ ਨੇ ਸਾਨੂੰ ਹੱਥ ਪੈਰ ਸਿਰ ਮੂੰਹ ਹਰੇਕ ਅੰਗ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਹਰੇਕ ਅੰਗ ਆਪਣਾ ਆਪਣਾ ਕੰਮ ਕਰ ਰਿਹਾ ਹੈ ਠੀਕ ਇਸੇ ਤਰੀਕੇ ਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਰਾਜਨੀਤਿਕ ਪ੍ਰਣਾਲੀ ਜਦੋਂ ਕੰਮ ਕਰਦੀ ਹੈ ਤਾਂ ਰਾਜਨੀਤਿਕ ਪ੍ਰਣਾਲੀ ਦੇ ਕਿਹੜੇ ਅੰਗ ਨੇ ਵਿਧਾਨ ਪਾਲਿਕਾ
कानून बनाउंदी है, वी कार्यपालिका बड़े हुए कानूनों नू लागू करती है, न्यायपालिका न्याय करन दा व्याख्या करन दा काम करती है, नौकरशाही दे अधिकारी साढ़े जिन्ने अफसर ने जिन्ने डिपार्टमेंट च ऑफिसर्स ने कि उन्हां तो बिना काम हो सकता है? नहीं हो सकता। जे असी सोचिए जे विधान पालिका कानून ही नहीं बनाएगी तो कानूनों लागू कौन करेगा? काम नहीं हो सकता। इतों तक कि एक चपड़ासी तो लैके एक राष्ट्रपति तक, मैं रिपीट कर रही हूँ, एक चपड़ासी तो लैके एक राष्ट्रपति तक हरेक सरकारी अधिकारी हरेक सरकारी कर्मचारी ये बेटे राजनीतिक प्रणाली का अंग है, ऑर्गन्स ने, इन सारिया की मदद के नाल ही काम हो सकता है। हुण मान लो सिक्ख्या विभाग ने डिसाइड किया कि बच्चों नूं वजीफे दिते जाण, सिर्फ सिक्ख्या विभाग ने डिपार्टमेंट ने यह डिसाइड कर लिया, सिक्ख्या मंत्री यह ऑर्डर कल बच्चों को ला के नहीं दसणगे, सिक्ख्या मंत्री यह ऑर्डर किनूं देणगे? एजुकेशन सैकटरी नूं देणगे, एजुकेशन सैकटरी ये DPI साहब नूं देणगे, DPI साहब अगे DO साहब नूं देणगे, DO साहब अगे लैटर्स दे थ्रू ये सारे ऑर्डरस किनूं कढणगे? स्कूलों के प्रिंसीपल्स नूं, प्रिंसीपल अगे ऑर्डर किनूं कढणगे? क्लास इंचार्जिज नूं, फिर तुहाडे क्लास इंचार्जिज तुहाडियां लिस्टां बनाउणगे, तुहाडे स्कॉलरशिप के फॉर्म भरनगे, तो सरकार का यह काम इंप्लीमेंट होएगा। कोई भी काम होवे तुसी याद रखो सरकार दे विच छोटे तो लैके वड्डा काम। हुण मैं फिर एग्जाम्पल दे रही हाँ क्योंकि करोना वायरस का समा चल रहा है, तुसी हुण करोना वायरस के टाइम के उत्ते देखो कि मान लो प्रधानमंत्री मोदी जी ने इन्नी गल कहती कि साडा 3 मई तक लॉकडाउन चलेगा, एक फैसला प्रधानमंत्री मोदी जी ने करता, की तुहानू लगता है मोदी जी दे कहण दे उत्ते पूरे थले तक काम होएगा? नहीं, इहदे विच सारे मंत्रियों नू इनकलूड करना पएगा, राज्यां दीआं सरकारां ऑर्डर मन्नणगीआं, राज्यां दीआं सरकारां दे ऑर्डर अगे किहदे कोल आणगे? उत्थों दे पुलिस कोल आणगे, उत्थों दे DC कोल आणगे, SDMs कोल आणगे, ओह सारे अगे एक एक बंदा, एक एक डॉक्टर, एक एक सरकारी अधिकारी, एक एक कर्मचारी, हर एक बंदा जदों मिलेगा बेटे तां ओह ऑर्डर इंप्लीमेंट होएगा, तां ओह काम कीता जा सकदा है। सो फिर मैं वापस आ रही हूँ संरचना के उत्ते, संरचना मीनस संरचना या ढांचा या अंग, प्रणाली के ओह अंग जो प्रणाली का काम करन विच प्रणाली की मदद करते हैं उसनू संरचना या ढांचा कहा जाता है। हुण तुसी बेटे स्लाइड के उत्ते देखो, संरचना संरचना ओह साधन ढांचा या ओह अंग हैं जिस राही राजनीतिक प्रणाली अपने काम करती है। हरेक राजनीतिक प्रणाली अंदर संरचना का होना बहुत जरूरी है। यह संरचना दो तरह की है, कितनी तरह की है बच्चे नोट करो, दो तरह की है, रस्मी संरचना, गैर रस्मी संरचना, फॉर्मल स्ट्रक्चर, इनफॉर्मल स्ट्रक्चर। डरना नहीं है, बच्चों को औखा लगता है, रस्मी मतलब याद रखना है सीधा, जे ओ अंग जेडे सीधे साडा काम करते हैं वो आ गए रस्मी संरचना। गैर रस्मी जेडे प्रणाली का काम करते हैं सीधे रूप च सानू नज़र नहीं आते काम करते, पर असिधे रूप विच इनडायरैक्टली इनडायरैक्टली वो भी प्रणाली का ही काम कर रहे होंगे। सो वो सारे अंग जो सीधे अते असिधे डायरैक्टली और इनडायरैक्टली प्रणाली का काम करन दे विच प्रणाली की मदद करते हैं उन्होंने राजनीतिक प्रणाली की संरचना या ढांचा कहा जाता है। मेरे हिसाब नाल बच्चे हुण तुहानू समझ आ जाना चाहिए, रस्मी संरचना मैंने सीधे हैल्प करन वाले अंग, गैर रस्मी संरचना मैंने वो अंग जो असिधे तौर पर मदद करते हैं। हुण ध्यान नाल तुसीं देखो जदों तुसीं सरकार दे अगे कोई भी मंग रखते हो, जिन्हां मंगा जांदियां हन सारियां गौरमेंट दे कोल जांदियां हन, तां गौरमेंट उन्हां ते विचार करके 3 कम करदी है। पहला तुहाडियां मंगा संबंधी कानून बनाए जांदे हन, उस तो बाद बने हुए कानूनां नूं लागू भी करना, कल्ले कानून बनाउण नाल कुछ नहीं होएगा, कानून बटे लागू भी करने पैणगे। तीसरी गल, उन्हां कानूनां नूं इंप्लीमेंट करना पएगा अते वधे वधिया तरीके दे नाल इंप्लीमेंट करना पवेगा। सो इह काम कौन करदा है? कानून बनाउण दा काम प्लस वन च कीता सी विधान पालिका, कानूनां नूं लागू करन दा काम कार्यपालिका, अते कानूनां दी रक्षा ते व्याख्या करन दा काम न्यायपालिका करदी है। इट मीनस जिहड़े ढांचा
सीधे तौर पर प्रणाली का काम कर रहा वह किहड़े आ गए विधान पालिका कार्यपालिका ते न्यायपालिका यह राजनीतिक प्रणाली दे रस्मी संरचना हन। नंबर दो गैर रस्मी। गैर रस्मी मैंने जिहड़े प्रणाली का काम करते हैं पर उन्होंने असी सीधे तौर पर नहीं कह सकते। फॉर एग्जाम्पल राजनीतिक दल, राजनीतिक दल तो तुसी देखो बेटे किन्ने इंपोर्टेंट है। सरकार बनानी है तो राजनीतिक दलों की लोड़, चोणा लड़नी है तो राजनीतिक दलों की लोड़, विरोधी पार्टी का रूप धारण करना है तो राजनीतिक दलों की लोड़, सरकार की आलोचना करनी है तो राजनीतिक दलों की लोड़, लोगों की चॉइस में देखना है तो राजनीतिक दलों की लोड़। इस तरीके हित दबाव समूह, हित दबाव समूह प्रैशर ग्रुप्स, विद्यार्थी संघ हो गए, किसान संघ हो गए, व्यापारी संघ हो गए, डॉक्टर संघ हो गए, ये सारे की करते हैं। हम तुम कहोगे ये प्रणाली का काम किमें करते हैं बेटे, विद्यार्थियों ने मंगा रखनी है, सरकार नू दसना है साढ़े लिए आ करो, व्यापारी अपनिया मंगा रखते हैं, व्यापारी कहते हैं साढ़े लिए आ करो, ठीक है। इस तरीके वक् वक् जिहड़े समूह हैं यह भी प्रणाली का काम करते हैं। जाति समूह, जाति समूह सारे आ गए, जिवें भारत वर्गे देश में तो यह बहुत इंपोर्टेंट है। जाति समूह धर्म जात आदि के आधार के उत्ते भारत में जिन्हें भी समूह बने हुए हैं वह भी बेटे किसी ना किसी सीधे ज असिधे तौर के उत्ते प्रभाव पाते ही पाते हैं। जिमें हम तुम भारत में देखो साढ़े को अनुसूचित जाति के जनजातियों के बच्चे ने उन्होंने वजीफे है, उन्होंने नौकरियां ने, एक ये डिमांडा कि जा रही ने प्रणाली को, की ये समूह प्रणाली में काम कर रहे हैं? बिल्कुल कर रहे हैं। व्यापारक समूह सब तो व्डे संचार के साधन, हूँ संचार के साधन तो बच्चे अजकल अज के टाइम च देखो वैसे तो संचार के साधन है ही बहुत इंपोर्टेंट, पर जे असी अज के टाइम च देखते हाँ तो तुम देखो साढ़े रेडियो टैलीविज़न खास तौर पर सोशल मीडिया टैलीविज़न, हूँ करोना के टाइम के उत्ते देखो सरकार का सारा काम की सरकार कर रही है, की सोच रही है, की सरकार की अगला की आदेश देने वाली है, लोगों ने की किया, सरकार का की रिएक्शन होया, सारा सानू कित्थों पता लग रहा है, संचार के साधना तो पता लग रहा है। सो इस तरीके दे नाल कोई भी ओह अंग, मैं तुहानू पहले लैक्चर च कही सी, सारे वो तत्थ जो सीधे जां असिधे रूप में प्रणाली नू प्रभावित करते हैं वो सब राजनीतिक प्रणाली के अंग मने जाते हैं। सो हूँ मैं रिपीट करनी है, संरचना या ढांचा या अंग वो जिस राही प्रणाली अपना कार्य करती है, अते यह दो तरह के होंगे हैं रस्मी अते गैर रस्मी। रस्मी मैंने जो सीधे प्रणाली का काम करते हैं, गैर रस्मी जो असिधे तौर पर प्रणाली का काम करते हैं। काम यह भी करते हैं पर इन्हों सीधे ढांचे असी नहीं कह सकते, पर पूरी इन्हों तो बिना भी प्रणाली अपना काम नहीं कर सकते। तुसी दसो जे अज आप टैलीविज़न ही बंद कर दीए, अज तो टैलीविज़न के उत्ते खबर ही बंद कर दीए, अखबारा रेडियो टैलीविज़न असी बंद कर दीए, कि असी अज करोना के समय के करोना ना भी होवे आम समय के की सरकार की कर रही है, लोग बदले विच की जा रहे ने सानू पता लग सकता है, नहीं पता लग सकता। सो ये सारे जो अंग हैं बच्चे ये राजनीतिक प्रणाली की संरचना या ढांचा होंदे हैं। तो इहदा काम की है, इहदा काम है कि सरकार दे कम्मां दे विच सरकार दी हैल्प करना, तो ये सब अंग मन्ने जाते हैं। देखो जदों मैं तुहानू पहला लैसन करवाना शुरू किया सी उदों ही बेटे मैं तुहानू कहा सीगा कि बड़ा इंटरेस्टिंग है पर थोड़ा जिहा टफ है, वैसे भी तुसी प्लस टू च हो गए, थोड़ा जिहा टफ है बट इंटरेस्टिंग है। रट्टा लाने वाली इहदे च कोई चीज़ नहीं है बच्चे, समझ के करोगे तो तुहानू ये बिल्कुल मुश्किल नहीं लगेगा। सो हुण तक असी रिवाइज़ कर लिए एक बारी सारा, राजनीतिक प्रणाली समाज की सब तो उत्तली प्रणाली है, यह प्रणाली ही सारे काम करती है, यह प्रणाली कोल कानून बनाउण दी शक्ति है, यह प्रणाली जो कानून बनाती है वह नियमित होंदे हन, कानूनी होंदे हन, उचित होंदे हन, सारे लोगों नू मनने पैंदे हन। जेकर कोई नहीं मनता तो प्रणाली कोल यह हक है, अधिकार है कि वह जबरदस्ती भी अपने कानूनों की पालना करवा सकती है। दूसरी गल, प्रणाली का मुख काम है लोगों दीयां मंगां नू पूरा करना। आपां सरकार क्यों बनाते हैं सोच के देखो, क्यों बनाने हैं? असी एक बारी एक सरकार बनाने, कदे असी अकाली दल नू जिताता, कदे असी कांग्रेस नू जिताता, असी की चाहते हैं भी ये सरकार ने साडा काम वधिया नहीं किया हुण असी अगली बारी दूसरी सरकार बनावांगे, दूसरी सरकार बारी असी कहने इन्हें वधिया नहीं किया हुण असी फलानी बनावांगे। क्यों असी चाहते हैं कि साडियां वध तो वध मंगां पूरियां होण?
ਸੋ ਕਿਹੜੀ ਪ੍ਰਣਾਲੀ ਵਧੀਆ ਹੈ? ਜਿਹੜੀ ਪ੍ਰਣਾਲੀ ਲੋਕਾਂ ਦੀਆਂ ਵੱਖ ਵੱਖ ਮੰਗਾਂ ਨੂੰ ਵੱਧ ਤੋਂ ਵੱਧ ਪੂਰਾ ਕਰਦੀ ਹੈ, ਮੈਕਸੀਮਮ ਲੋਕਾਂ ਨੂੰ ਸੰਤੁਸ਼ਟ ਕਰਦੀ ਹੈ, ਉਸ ਪ੍ਰਣਾਲੀ ਨੂੰ ਆਪਾਂ ਵਧੀਆ ਪ੍ਰਣਾਲੀ ਮੰਨਦੇ ਹਾਂ। ਅਤੇ ਜਦੋਂ ਪ੍ਰਣਾਲੀ ਆਪਣਾ ਕੰਮ ਕਰਦੀ ਹੈ ਤਾਂ ਪ੍ਰਣਾਲੀ ਨੂੰ ਕਈ ਅੰਗਾਂ ਦੀ ਲੋੜ ਪੈਂਦੀ ਹੈ। ਉਹਨਾਂ ਅੰਗਾਂ ਨੂੰ ਅਸੀਂ ਪ੍ਰਣਾਲੀ ਦੀ ਸੰਰਚਨਾ ਜਾਂ ਢਾਂਚਾ ਕਹਿੰਦੇ ਹਾਂ। ਇਹ ਦੋ ਤਰ੍ਹਾਂ ਦਾ ਹੈ, ਰਸਮੀ ਸੰਰਚਨਾ ਅਤੇ ਗੈਰ ਰਸਮੀ ਸੰਰਚਨਾ, ਭਾਵ ਸਿੱਧੇ ਅੰਗ ਅਤੇ ਅਸਿੱਧੇ ਅੰਗ ਜੋ ਪ੍ਰਣਾਲੀ ਦਾ ਕੰਮ ਕਰਦੇ ਹਨ। ਮੇਰੇ ਹਿਸਾਬ ਨਾਲ ਬੱਚੇ ਆਈ ਥਿੰਕ ਕਿ ਤੁਹਾਨੂੰ ਇੱਥੇ ਤੱਕ ਜ਼ਰੂਰ ਸਮਝ ਆ ਗਿਆ ਹੋਏਗਾ। ਹੁਣ ਉਸ ਤੋਂ ਅੱਗੇ ਇੱਕ ਸਾਡੇ ਕੋਲ ਹੋਰ ਵਿਦਵਾਨ ਨੇ, ਡੇਵਿਡ ਈਸਟਨ। ਤੁਸੀਂ ਫਿਰ ਦੇਖੋ ਡੇਵਿਡ ਈਸਟਨ, ਤੁਹਾਨੂੰ ਮੈਂ ਯਾਦ ਹੈ ਡੇਵਿਡ ਈਸਟਨ ਕਿੱਥੇ ਕਰਵਾਇਆ ਸੀ ਭਲਾ ਮੈਂ ਲੈਸਨ ਦੇ ਸ਼ੁਰੂ ਦੇ ਵਿੱਚ ਕਿ ਡੇਵਿਡ ਈਸਟਨ ਉਹ ਵਿਦਵਾਨ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ 1953 ਦੇ ਵਿੱਚ ਦ ਪੋਲੀਟੀਕਲ ਸਿਸਟਮ ਨਾਮ ਦੀ ਕਿਤਾਬ ਲਿਖੀ ਸੀ, ਸ਼ੁਰੂਆਤ ਕੀਤੀ ਸੀ ਪੋਲੀਟੀਕਲ ਸਿਸਟਮ ਦੀ। ਸੋ ਡੇਵਿਡ ਈਸਟਨ 20 ਪ੍ਰਣਾਲੀ ਦੇ ਅੰਗ ਦੱਸਦੇ ਨੇ। ਬਹੁਤ ਇੰਪੋਰਟੈਂਟ ਕੁਐਸਚਨ ਹੈ ਤੁਹਾਡੇ ਪਲੱਸ ਟੂ ਦੇ ਵਿੱਚ। ਡੇਵਿਡ ਈਸਟਨ ਅਨੁਸਾਰ ਰਾਜਨੀਤਿਕ ਪ੍ਰਣਾਲੀ ਦੀ ਸੰਰਚਨਾ ਜਾਂ ਅੰਗ, ਡੇਵਿਡ ਈਸਟਨ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਰਾਜਨੀਤਿਕ ਪ੍ਰਣਾਲੀ ਦੇ ਅੰਗ ਤਿੰਨ ਤਰ੍ਹਾਂ ਦੇ, ਨੰਬਰ 1, ਨੰਬਰ 2, ਨੰਬਰ 3। ਤਿੰਨ ਅੰਗ ਨੇ ਜਿਹਦੇ ਨਾਲ ਪ੍ਰਣਾਲੀ ਆਪਣੇ ਕੰਮ ਕਰਦੀ ਹੈ। ਪਹਿਲਾ ਅੰਗ ਡੇਵਿਡ ਈਸਟਨ ਕਹਿੰਦੇ ਰਾਜਨੀਤਿਕ ਸਮੁਦਾਇ, ਸ਼ਬਦ ਦੇਖੋ ਕੀ ਯੂਜ਼ ਕੀਤਾ, ਰਾਜਨੀਤਿਕ ਸਮੁਦਾਇ ਭਾਵ ਜਨਤਾ ਅਤੇ ਲੋਕ। ਨੰਬਰ 2, ਦੂਸਰਾ ਅੰਗ ਹੈਗਾ ਸ਼ਾਸਨ, ਸ਼ਾਸਨ ਜੋ ਸ਼ਾਸਨ ਕਰਕੇ ਲੋਕਾਂ ਦੇ ਕੰਮ ਨਿਸ਼ਚਿਤ ਕਰਦੇ ਹਨ, ਭਾਵ ਸ਼ਾਸਕ ਵਰਗ ਭਾਵ ਸਰਕਾਰ। ਨੰਬਰ 3, ਅਧਿਕਾਰੀ ਵਰਗ, ਜਿਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਦਦ ਦੇ ਨਾਲ ਸ਼ਾਸਨ ਚੱਲਦਾ ਹੈ, ਸਾਡੇ ਉੱਚ ਅਧਿਕਾਰੀ, ਸਾਡੇ IAS, PCS, ਸਾਰੇ ਸਾਡੇ ਵਿਭਾਗਾਂ ਦੇ ਉੱਚ ਅਫਸਰ, ਨੌਕਰਸ਼ਾਹੀ ਦੇ ਸਾਰੇ ਅਧਿਕਾਰੀ, ਇਹ ਸਾਡੇ। ਡੇਵਿਡ ਈਸਟਨ ਕਹਿੰਦੇ ਇਹ ਤਿੰਨ ਅੰਗ ਹੋਣੇ ਜ਼ਰੂਰੀ ਹੈ ਤਾਂ ਕੋਈ ਪ੍ਰਣਾਲੀ, ਰਾਜਨੀਤਿਕ ਪ੍ਰਣਾਲੀ ਕੰਮ ਕਰੇਗੀ। ਹੁਣ ਸੋਚ ਕੇ ਦੇਖੋ, ਜੇ ਲੋਕ ਹੀ ਨਾ ਹੋਣ, ਚਲੋ ਅਸੀਂ ਇਹ ਕੱਟ ਦਿੰਦੇ ਹਾਂ, ਜੇ ਲੋਕ ਹੀ ਨਹੀਂ ਹੈਗੇ ਪ੍ਰਣਾਲੀ ਦੇ ਅੰਗ, ਲੋਕ ਹੀ ਨਹੀਂ ਹੈ, ਜਨਤਾ ਹੀ ਨਹੀਂ ਹੈ, ਭਾਰਤ ਦੀ ਜਨਤਾ ਹੀ ਨਹੀਂ ਹੈ, ਲੋਕ ਹੀ ਨਹੀਂ ਹੈ, ਕੰਮ ਕਿਹਨੇ ਕਰਨਾ? ਮੰਗ ਕਿਹਨੇ ਰੱਖਣੀ ਹੈ? ਨਹੀਂ ਰੱਖੀ ਜਾ ਸਕਦੀ। ਕੰਮ ਕੌਣ ਕਰੇਗਾ? ਨਹੀਂ ਕੀਤੇ ਜਾ ਸਕਦੇ। ਕੰਮ ਕਿਹਦੇ ਲਈ ਕਰਨੇ ਹੈ? ਕਿਸੇ ਲਈ ਨਹੀਂ ਕੀਤੇ ਜਾ ਸਕਦੇ। ਮੰਗਾਂ ਕੌਣ ਰੱਖੇਗਾ? ਕੋਈ ਵੀ ਨਹੀਂ ਰੱਖੇਗਾ। ਜੇ ਲੋਕ ਹੀ ਨਹੀਂ ਹੋਣਗੇ, ਜਿਹੜੇ ਸਾਡੇ ਨੇਤਾ ਬਣਦੇ ਨੇ, ਸਰਕਾਰ ਚਲਾਉਂਦੇ ਨੇ, ਉਹ ਸ਼ਾਸਨ ਕਿਹਦੇ 'ਤੇ ਕਰਨਗੇ? ਲੋਕ ਹੀ ਨਹੀਂ ਹੈ ਤਾਂ ਕਿਸੇ 'ਤੇ ਵੀ ਨਹੀਂ ਕਰ ਸਕਦੇ। ਸੋ ਡੇਵਿਡ ਈਸਟਨ ਕਹਿੰਦੇ ਪਹਿਲੀ ਗੱਲ ਤਾਂ ਲੋਕਾਂ ਦਾ ਹੋਣਾ ਜ਼ਰੂਰੀ ਹੈ, ਲੋਕਾਂ ਤੋਂ ਬਿਨਾਂ ਕਹਿੰਦੇ ਕੋਈ ਪ੍ਰਣਾਲੀ ਨਹੀਂ। ਦੂਸਰੀ ਗੱਲ, ਉਹ ਕਹਿੰਦੇ ਉਹਨਾਂ ਲੋਕਾਂ ਉੱਤੇ ਸ਼ਾਸਨ ਕਰਨ ਵਾਲੇ ਨੁਮਾਇੰਦੇ ਹੋਣੇ ਚਾਹੀਦੇ ਹਨ, ਚਾਹੇ ਉਹ ਰਾਜਾ ਹੋਵੇ, ਚਾਹੇ ਚੀਨ ਦੀ ਤਰ੍ਹਾਂ ਸਾਮਵਾਦੀ ਪਾਰਟੀ ਹੋਵੇ, ਚਾਹੇ ਲੋਕਤੰਤਰੀ ਸਰਕਾਰ ਹੋਵੇ, ਚਾਹੇ ਸੰਘਾਤਮਕ ਸਰਕਾਰ ਹੋਵੇ, ਚਾਹੇ ਏਕਾਤਮਕ ਸਰਕਾਰ ਹੋਵੇ, ਚਾਹੇ ਕੁਝ ਵਿਅਕਤੀਆਂ ਦਾ ਸ਼ਾਸਨ ਹੋਵੇ, ਭਾਵੇਂ ਇੱਕ ਵਿਅਕਤੀ ਦਾ ਸ਼ਾਸਨ ਹੋਵੇ, ਸ਼ਾਸਨ ਕਰਨ ਵਾਲੇ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਨੇ। ਸ਼ਾਸਨ ਇਹਨਾਂ ਨੇ ਕਿਹਦੇ 'ਤੇ ਕਰਨਾ ਹੈ? ਲੋਕਾਂ ਦੇ ਉੱਤੇ। ਤੀਸਰਾ ਹੈਗਾ ਅਧਿਕਾਰੀ ਵਰਗ। ਹੁਣ ਇਕੱਲੇ ਤੁਸੀਂ ਦੇਖੋ, ਮੰਤਰੀ ਤਾਂ ਨਹੀਂ ਸਾਰਾ ਕੰਮ ਕਰਦੇ, ਸਾਡੇ ਚੀਫ ਮਿਨਿਸਟਰ, ਸਾਡੇ ਪ੍ਰਾਈਮ ਮਿਨਿਸਟਰ, ਸਾਡੇ ਮੰਤਰੀ, ਇਹ ਤਾਂ ਨਹੀਂ ਸਾਰਾ ਕੰਮ ਕਰਦੇ, ਇਹ ਸਿਰਫ ਕਾਨੂੰਨ ਬਣਾਉਂਦੇ ਹਨ, ਲਾਗੂ ਕਰਨ ਦੇ ਨਿਰਦੇਸ਼ ਦਿੰਦੇ ਹਨ, ਜਦੋਂ ਕਿ ਬਾਕੀ ਸਾਰਾ ਕੰਮ ਕੌਣ ਕਰਦੇ ਹਨ? ਸਾਰੇ ਅਧਿਕਾਰੀ ਅਤੇ ਕਰਮਚਾਰੀ ਇਹ ਮਿਲ ਕੇ, ਜਦੋਂ ਤੁਹਾਨੂੰ ਮੈਂ ਕੀ ਦੱਸਿਆ ਸੀ, ਚਪੜਾਸੀ ਤੋਂ ਲੈ ਕੇ ਰਾਸ਼ਟਰਪਤੀ ਤੱਕ, ਹਰ ਉਹ ਵਿਅਕਤੀ, ਹਰ ਉਹ ਅਧਿਕਾਰੀ, ਹਰ ਉਹ ਕਰਮਚਾਰੀ ਜੋ ਪ੍ਰਣਾਲੀ ਦੇ ਕੰਮਾਂ ਨੂੰ ਪੂਰਾ ਕਰਨ 'ਚ ਮਦਦ ਕਰਦਾ ਹੈ। ਅਸੀਂ ਅਧਿਆਪਕ ਹਾਂ, ਅਸੀਂ ਸਿੱਖਿਆ ਵਿਭਾਗ ਦਾ ਕੰਮ ਕਰਦੇ ਹਾਂ, ਜੇ ਕੋਈ ਹੈਲਥ ਵਿੱਚ ਹੈ ਉਹ ਸਿਹਤ ਵਿਭਾਗ ਦਾ ਕੰਮ ਕਰ ਰਿਹਾ ਹੈ, ਜੇ ਕੋਈ ਪੁਲਿਸ ਵਿੱਚ ਹੈ ਤਾਂ ਉਹ ਦੇਸ਼ ਦਾ ਸ਼ਾਸਨ ਨੂੰ ਵਧੀਆ ਤਰੀਕੇ ਦੇ ਨਾਲ ਚਲਾਉਣ ਦਾ, ਪ੍ਰਸ਼ਾਸਨ ਚਲਾਉਣ ਦਾ ਕੰਮ ਕਰ ਰਿਹਾ ਹੈ, ਜੇ ਕੋਈ ਪੁੱਡਾ ਦੇ ਵਿੱਚ ਹੈ ਉਹ ਆਪਣਾ ਕੰਮ ਕਰ ਰਿਹਾ ਹੈ, ਕੋਈ ਜਿੱਥੇ ਲੱਗਿਆ ਹੋਇਆ ਹੈ, ਕੋਈ ਨਹਿਰੀ ਮਹਿਕਮੇ 'ਚ ਹੈ, ਕੋਈ ਕਿੱਥੇ ਹੈ, ਜਿੱਥੇ ਵੀ ਕੋਈ ਲੱਗਿਆ ਹੋਇਆ, ਕਿਸੇ ਦਫ਼ਤਰ ਦੇ ਵਿੱਚ ਕੋਈ ਕੰਮ ਕਰ ਰਿਹਾ ਹੈ, ਤਾਂ ਉਹ ਕੀ ਕਰ ਰਿਹਾ ਹੈ? ਆਪਣੀ ਪ੍ਰਣਾਲੀ ਦਾ ਕੰਮ ਕਰ ਰਿਹਾ ਹੈ। ਉਹਨਾਂ ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ। ਇਕੱਲੇ ਮੰਤਰੀਆਂ ਨੇ ਕੰਮ ਨਹੀਂ ਚਲਾਉਣਾ, ਮੰਤਰੀਆਂ ਨੇ ਤਾਂ ਇਕੱਲਾ ਆਦੇਸ਼ ਦੇਣਾ ਹੈ, ਸਾਰੇ ਕੰਮ ਕਿਹਨੇ ਕਰਨੇ ਹੈ? ਨੀਚੇ ਵਾਲਿਆਂ ਨੇ ਕਰਨੇ ਹਨ। ਸੋ ਡੇਵਿਡ ਈਸਟਨ ਕਹਿੰਦੇ ਹੈ ਕਿ ਰਾਜਨੀਤਿਕ ਸੰਰਚਨਾ ਦੇ ਤਿੰਨ ਭਾਗ ਹਨ। ਨੰਬਰ 1, ਰਾਜਨੀਤਿਕ ਸਮੁਦਾਇ ਭਾਵ ਲੋਕਾਂ ਦਾ ਹੋਣਾ ਜ਼ਰੂਰੀ ਹੈ। ਨੰਬਰ 2, ਉਹਨਾਂ ਲੋਕਾਂ 'ਤੇ ਸ਼ਾਸਨ ਕਰਨ ਵਾਲਿਆਂ ਦਾ ਹੋਣਾ ਜ਼ਰੂਰੀ ਹੈ, ਚਾਹੇ ਲੋਕ ਸਰਕਾਰ ਚੁਣਨ, ਚਾਹੇ ਸਰਕਾਰ ਆਪ ਬਣ ਜੇ, ਚਾਹੇ ਰਾਜੇ ਦਾ ਰਾਜ ਹੋਵੇ, ਕੁਛ ਵੀ ਹੋਵੇ, ਕੁਛ ਸ਼ਾਸਨ ਕਰਨ ਵਾਲਿਆਂ ਦਾ ਹੋਣਾ ਜ਼ਰੂਰੀ ਹੈ। ਦੂਜਾ, ਲੋਕਾਂ 'ਤੇ ਸ਼ਾਸਨ ਕਰਨ ਵਾਲਿਆਂ ਨਾਲ ਵੀ ਨਹੀਂ ਚੱਲਣਾ। ਡੇਵਿਡ ਈਸਟਨ ਕਹਿੰਦੇ ਅਧਿਕਾਰੀ ਵਰਗ, ਹਰ ਅਧਿਕਾਰੀ, ਹਰ ਕਰਮਚਾਰੀ, ਹਰ ਇੱਕ ਬੰਦਾ ਜੋ ਪ੍ਰਣਾਲੀ ਦਾ ਥੱਲੇ ਤੋਂ ਲੈ ਕੇ ਉੱਪਰ ਤੱਕ ਕੰਮ ਕਰ ਰਿਹਾ ਹੈ,
ਉਹਦਾ ਹੋਣਾ ਜ਼ਰੂਰੀ ਹੈ। ਸੋ ਤੁਹਾਨੂੰ ਜਦੋਂ ਕੁਐਸਚਨ ਆ ਜਾਵੇ ਡੇਵਿਡ ਈਸਟਨ ਦੇ ਰਾਹੀਂ ਸੰਰਚਨਾ ਦੇ ਜਾਂ ਅੰਗ, ਤਾਂ ਤੁਸੀਂ ਇਹੀ ਜਵਾਬ ਦੇਣਾ ਹੈ ਕਿ ਰਾਜਨੀਤਿਕ ਪ੍ਰਣਾਲੀ ਦੇ ਸੰਰਚਨਾ ਦੇ ਡੇਵਿਡ ਈਸਟਨ ਅਨੁਸਾਰ 3 ਅੰਗ ਹਨ, ਰਾਜਨੀਤਿਕ ਸਮੁਦਾਇ, ਸ਼ਾਸਨ ਅਤੇ ਅਧਿਕਾਰੀ ਵਰਗ। ਹੁਣ ਮੇਰੇ ਹਿਸਾਬ ਨਾਲ ਬੇਟੇ ਤਾਂ ਚਾਹੇ ਤੁਹਾਡੇ ਅਸੀਂ ਮਨਮੋਹਨ ਸਿੰਘ ਜੀ ਦੀ ਫੋਟੋ ਦਿਖਾ ਦਈਏ, ਚਾਹੇ ਪ੍ਰਾਈਮ ਮਿਨਿਸਟਰ ਮੋਦੀ ਜੀ ਦੀ ਫੋਟੋ ਦਿਖਾ ਦਈਏ, ਚਾਹੇ ਮਿਸਿਸ ਕਿਰਨ ਬੇਦੀ ਦੀ ਫੋਟੋ ਦਿਖਾ ਦਈਏ, ਕਿਸੇ ਦੀ ਵੀ ਅਸੀਂ ਤੁਹਾਨੂੰ ਪਿੱਕ ਦਿਖਾ ਦਈਏ, ਇੱਥੇ ਤੁਸੀਂ ਦੇਖੋ ਸਾਰੇ ਅਧਿਕਾਰੀ ਹੈ। ਤੁਹਾਡੇ ਲੋਕਾਂ ਦਾ ਵੀ ਹੋਣਾ ਜ਼ਰੂਰੀ ਹੈ, ਅਧਿਕਾਰੀਆਂ ਦਾ ਵੀ ਹੋਣਾ ਜ਼ਰੂਰੀ ਹੈ, ਸ਼ਾਸਨ ਕਰਨ ਵਾਲਿਆਂ ਦਾ ਵੀ ਜ਼ਰੂਰੀ ਹੈ। ਇਹ ਫੋਟੋਗ੍ਰਾਫਸ ਬੱਚੇ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਸਿਰਫ ਇਗਜ਼ਾਮਪਲ ਦੇ ਲਈ ਹੈ। ਸੋ ਇਹ ਨਾ ਸੋਚਣਾ ਕਿ ਮਨਮੋਹਨ ਸਿੰਘ ਜੀ ਤਾਂ ਹੁਣ ਹੈ ਨਹੀਂ ਪ੍ਰਾਈਮ ਮਿਨਿਸਟਰ, ਬੇਟੇ ਮਨਮੋਹਨ ਸਿੰਘ ਜੀ ਨਹੀਂ ਹੈ ਤਾਂ ਪ੍ਰਾਈਮ ਮਿਨਿਸਟਰ ਮੋਦੀ ਜੀ ਹੈਗੇ ਨੇ। ਅਧਿਕਾਰੀ ਵਰਗ ਵੀ ਚਾਹੀਦੇ ਨੇ, ਅਫਸਰ ਵੀ ਚਾਹੀਦੇ ਨੇ, ਲੋਕ ਜਦੋਂ ਇਹ ਸਾਰੇ ਮਿਲ ਕੇ ਕੰਮ ਕਰਦੇ ਹਨ ਤਾਂ ਇਹ ਰਾਜਨੀਤਿਕ ਪ੍ਰਣਾਲੀ ਦਾ ਕੰਮ ਚੱਲਦਾ ਹੈ। ਹਾਂਜੀ ਬੱਚੇ, ਹੁਣ ਮੇਰੇ ਖਿਆਲ ਤੁਹਾਨੂੰ ਸੰਰਚਨਾ ਸਮਝ ਆ ਗਈ ਹੈ, ਡੇਵਿਡ ਈਸਟਨ ਜੀ ਦੀ ਸੰਰਚਨਾ ਵੀ ਸਮਝ ਆ ਗਈ ਹੋਏਗੀ। ਹੁਣ ਤੁਸੀਂ ਆਪਾਂ ਨੇ, ਮੈਂ ਤੁਹਾਨੂੰ ਇੱਕ ਕੁਐਸਚਨ ਵਿੱਚੋਂ ਛੁਡਾਇਆ ਹੈ, ਮੀਨਸ ਉਹ ਮੈਂ ਕਰਵਾਇਆ ਨਹੀਂ ਤੁਹਾਨੂੰ ਹਲੇ, ਰਾਜਨੀਤਿਕ ਪ੍ਰਣਾਲੀ ਦੇ ਕੰਮ। ਮੈਨੂੰ ਲੱਗਦਾ ਕਿ ਪਹਿਲਾਂ ਇਹ ਕਰ ਲਉਂਗੇ ਤਾਂ ਸ਼ਾਇਦ ਉਹ ਤੁਹਾਨੂੰ ਜਲਦੀ ਸਮਝ ਆ ਜਾਏਗਾ। ਹੁਣ ਆਪਾਂ ਕਰ ਰਹੇ ਹਾਂ ਇੰਨੀ ਸਾਨੂੰ ਗੱਲ ਸਮਝ ਆ ਗਈ ਹੈ ਕਿ ਰਾਜਨੀਤਿਕ ਪ੍ਰਣਾਲੀ ਕੰਮ ਕਰਦੀ ਹੈ। ਕਿਹੜਾ ਕੰਮ ਕਰਦੀ ਹੈ? ਲੋਕਾਂ ਦੀ ਮੰਗਾਂ ਨੂੰ ਪੂਰਾ ਕਰਨ ਲਈ, ਮੰਗਾਂ ਨੂੰ ਪੂਰਾ ਕਰਨ ਦੇ ਲਈ ਲੋਕਾਂ ਦੀਆਂ ਮੰਗਾਂ ਜਦੋਂ ਪ੍ਰਣਾਲੀ ਕੋਲ ਆ ਜਾਂਦੀਆਂ ਹਨ, ਪ੍ਰਣਾਲੀ ਉਹਦੇ 'ਤੇ ਵਿਚਾਰ ਵਿਮਰਸ਼ ਕਰਦੀ ਹੈ, ਠੀਕ ਹੈ, ਵਿਚਾਰ ਵਿਮਰਸ਼ ਕਰਕੇ ਸੋਚ ਸਮਝ ਕੇ ਉਸ ਸੰਬੰਧੀ ਕਾਨੂੰਨ ਬਣਾਉਂਦੀ ਹੈ। ਸਿੱਧਾ ਕੋਈ ਕੰਮ ਨਹੀਂ ਹੁੰਦਾ, ਯਾਦ ਰੱਖਣਾ, ਕੋਈ ਕੰਮ ਵੀ ਸਿੱਧਾ ਨਹੀਂ ਹੋਣਾ। ਮੰਨ ਲਓ ਤੁਸੀਂ ਕਿਹਾ ਵੀ ਇੱਥੇ ਪੁੱਲ ਬਣਾ ਦਿਉ, ਇੱਥੇ ਪੁੱਲ ਦੀ ਲੋੜ ਹੈ, ਇੱਥੇ ਸੜਕ ਦੀ ਲੋੜ ਹੈ, ਸਿੱਧੀ ਨਹੀਂ ਬਣਨੀ ਸ਼ੁਰੂ ਹੋ ਜਾਣੀ ਕੱਲ੍ਹ ਤੋਂ। ਪਹਿਲਾਂ ਉਹਦੇ ਸੰਬੰਧੀ ਟੈਂਡਰ ਹੋਣਗੇ, ਸਲਾਹ ਵਿਮਰਸ਼ ਹੋਏਗੀ, ਬਜਟ ਆਏਗਾ, ਉਹਦੇ ਪੱਕਾ ਕਾਨੂੰਨੀ ਰੂਪ 'ਚ ਆਏਗਾ ਵੀ ਹਾਂਜੀ ਇਹ ਬਣਨੀ ਚੀਜ਼ ਸ਼ੁਰੂ ਹੋ ਰਹੀ ਹੈ, ਇਹ ਵਜ਼ੀਫੇ ਬੱਚਿਆਂ ਨੂੰ ਦਿੱਤੇ ਜਾਣੇ ਹਨ, ਇੰਨੇ ਲੱਖ ਦੀ ਰਾਸ਼ੀ ਇੱਦਾਂ ਕੀਤੀ ਜਾਣੀ ਹੈ। ਉਸ ਸੰਬੰਧੀ ਪਹਿਲਾਂ ਕਾਨੂੰਨ ਬਣੇਗਾ, ਫਿਰ ਉਹ ਕਾਨੂੰਨ ਲਾਗੂ ਹੋਏਗਾ, ਫਿਰ ਅੱਗੇ ਕੰਮ ਚੱਲੇਗਾ। ਸੋ ਉਸ ਤੋਂ ਅੱਗੇ ਅਸੀਂ ਗੱਲ ਕਰਦੇ ਹਾਂ, ਹੁਣ ਤੁਸੀਂ ਸਲਾਈਡ ਦੇ ਉੱਤੇ ਦੇਖੋ, ਇੱਕ ਤੁਹਾਡਾ ਫਿਰ ਬੜਾ ਇੰਪੋਰਟੈਂਟ ਕੁਐਸਚਨ ਹੈ, ਡੇਵਿਡ ਈਸਟਨਸ ਮਾਡਲਸ ਆਫ ਪੋਲੀਟੀਕਲ ਸਿਸਟਮ। ਡੇਵਿਡ ਈਸਟਨ, ਤੁਹਾਨੂੰ ਡੇਵਿਡ ਈਸਟਨ ਦਾ ਨਾਮ ਨਹੀਂ ਭੁੱਲਣਾ ਜਦੋਂ ਇਹ ਲੈਸਨ ਕਰਨਾ। ਡੇਵਿਡ ਈਸਟਨ ਜੀ ਨੇ ਪੋਲੀਟੀਕਲ ਸਿਸਟਮ ਦਾ ਇੱਕ ਮਾਡਲ ਦਿੱਤਾ ਹੈ। ਉਹਨਾਂ ਨੇ ਕੀ ਕਿਹਾ? ਡੇਵਿਡ ਈਸਟਨ ਅਨੁਸਾਰ ਰਾਜਨੀਤਿਕ ਪ੍ਰਣਾਲੀ ਦਾ ਮੁੱਖ ਕੰਮ ਕੀ ਹੈ? ਕਹਿੰਦਾ, ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣਾ, ਟੂ ਚੇਂਜ ਇਨਪੁੱਟ ਇੰਟੂ ਆਊਟਪੁੱਟਸ। ਹੁਣ ਡਰ ਨਹੀਂ ਜਾਣਾ, ਬਿਲਕੁਲ ਨਵੇਂ ਅੱਖਰ ਨੇ ਬੇਟੇ ਜਿਹੜੇ ਤੁਸੀਂ ਨਹੀਂ 10th ਤੱਕ ਕੀਤੇ। ਇਨਪੁੱਟ ਆਊਟਪੁੱਟ, ਇਨਪੁੱਟ ਮੈਨੇ ਨਿਵੇਸ਼, ਆਊਟਪੁੱਟ ਮੀਨਸ ਨਿਰਣੇ। ਹੁਣ ਨਿਵੇਸ਼ ਕੀ ਹੈ? ਨਿਵੇਸ਼ ਮੈਨੇ ਮੰਗਾਂ, ਡਰਨਾ ਨਹੀਂ ਤੁਸੀਂ ਪੇਪਰ ਦੇ ਵਿੱਚ ਬੱਚੇ, ਜੇ ਤੁਸੀਂ ਮੰਗਾਂ ਵੀ ਲਿਖ ਦੋਗੇ ਕੋਈ ਗਲਤ ਨਹੀਂ ਕਰੇਗਾ। ਨਿਵੇਸ਼ ਮੀਨਸ ਮੰਗਾਂ, ਕਿਹੜੀਆਂ ਮੰਗਾਂ? ਉਹ ਮੰਗਾਂ ਜੋ ਲੋਕ ਪ੍ਰਣਾਲੀ ਤੋਂ ਮੰਗਦੇ ਹਨ। ਆਊਟਪੁੱਟ ਮੈਨੇ ਨਿਰਣੇ, ਮੰਗਾਂ ਕਿਹਨੇ ਕਰਨੀਆਂ ਨੇ? ਲੋਕਾਂ ਨੇ। ਨਿਰਣੇ ਕਿਹਨੇ ਲੈਣੇ ਆ ਬੱਚੇ? ਪ੍ਰਣਾਲੀ ਨੇ। ਦੇਖੋ ਫਰਕ ਹੈ, ਮੰਗਾਂ ਕੌਣ ਕਰੇਗਾ? ਲੋਕ। ਨਿਰਣੇ ਕੌਣ ਲਏਗਾ? ਪ੍ਰਣਾਲੀ। ਜੇ ਲੋਕ ਮੰਗਾਂ ਨਹੀਂ ਕਰਨਗੇ ਤਾਂ ਪ੍ਰਣਾਲੀ ਨੇ ਨਿਰਣਾ ਨਹੀਂ ਲੈਣਾ। ਪਰ ਤੁਹਾਨੂੰ ਪਤਾ ਹੈ ਕਿ ਨਾ ਤਾਂ ਲੋਕਾਂ ਦੀਆਂ ਮੰਗਾਂ ਖਤਮ ਹੋਣੀਆਂ ਅਤੇ ਨਾ ਪ੍ਰਣਾਲੀ ਦੇ ਨਿਰਣੇ ਖਤਮ ਹੋਣੇ ਹਨ। ਸੋ ਡੇਵਿਡ ਈਸਟਨ ਕਹਿੰਦੇ ਹੈ ਕਿ ਰਾਜਨੀਤਿਕ ਪ੍ਰਣਾਲੀ ਦਾ ਮੁੱਖ ਕੰਮ ਕੀ ਹੈ? ਉਹ ਕਹਿੰਦੇ, ਇਨਪੁੱਟ ਨੂੰ ਆਊਟਪੁੱਟ ਵਿੱਚ ਬਦਲਣਾ, ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣਾ। ਕੀ ਮਤਲਬ? ਲੋਕਾਂ ਦੀਆਂ ਮੰਗਾਂ ਨੂੰ ਨਿਰਣਿਆਂ ਵਿੱਚ ਬਦਲਣਾ। ਬਹੁਤ ਈਜ਼ੀ ਚੀਜ਼ ਹੈ, ਧਿਆਨ ਨਾਲ ਦੇਖੋ। ਨਿਵੇਸ਼ਾਂ ਨੂੰ ਨਿਕਾਸਾਂ ਵੀ ਤੁਹਾਨੂੰ ਇੱਕ ਨੰਬਰ ਦਾ ਕੁਐਸਚਨ ਆ ਜਾਂਦਾ ਹੈ। ਰਾਜਨੀਤਿਕ ਪ੍ਰਣਾਲੀ ਦਾ ਮੁੱਖ ਕੰਮ ਕੀ ਹੈ? ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣਾ ਰਾਜਨੀਤਿਕ ਪ੍ਰਣਾਲੀ ਦਾ ਮੁੱਖ ਕੰਮ ਕੀ ਹੈ? ਕੁਐਸਚਨ ਆ ਸਕਦਾ ਹੈ, ਨਿਵੇਸ਼ਾਂ ਤੋਂ ਕੀ ਭਾਵ ਹੈ? ਵਟ ਇਜ਼ ਇਨਪੁੱਟ? ਲੋਕਾਂ ਦੀਆਂ ਮੰਗਾਂ ਨੂੰ ਨਿਵੇਸ਼ ਕਿਹਾ ਜਾਂਦਾ ਹੈ। ਵਟ ਇਜ਼ ਆਊਟਪੁੱਟ? ਪ੍ਰਣਾਲੀ ਦੁਆਰਾ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਜੋ ਪ੍ਰਣਾਲੀ ਨਿਰਣੇ ਲੈਂਦੀ ਹੈ ਉਸਨੂੰ ਆਊਟਪੁੱਟ ਕਿਹਾ ਜਾਂਦਾ ਹੈ। ਸੋ ਪ੍ਰਣਾਲੀ ਦਾ ਮੁੱਖ ਕੰਮ ਹੈ ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣਾ। ਇਸ ਕੰਮ ਨੂੰ ਪੂਰਾ ਕਰਨ ਦੇ ਲਈ ਪ੍ਰਣਾਲੀ ਨੂੰ ਕੀ ਚਾਹੀਦਾ ਹੈ? ਆਪਣੇ ਅੰਗ ਚਾਹੀਦੇ ਹਨ, ਆਪਣਾ ਢਾਂਚਾ ਚਾਹੀਦਾ ਹੈ, ਆਪਣੀ ਸੰਰਚਨਾ ਚਾਹੀਦੀ ਹੈ। ਜਦੋਂ ਪ੍ਰਣਾਲੀ ਸੰਰਚਨਾ ਦੀ ਮਦਦ ਦੇ ਨਾਲ ਕੰਮ ਕਰਦੀ ਹੈ ਤਾਂ ਪ੍ਰਣਾਲੀ ਲੋਕਾਂ ਦੀਆਂ ਵੱਧ ਤੋਂ ਵੱਧ ਮੰਗਾਂ ਨੂੰ ਪੂਰਾ ਕਰਨ ਦਾ ਕੰਮ ਕਰਦੀ ਹੈ। ਮੈਨੂੰ ਲੱਗਦਾ ਬੇਟੇ ਅੱਜ ਅਸੀਂ ਇੰਨਾ ਹੀ ਕਰਾਂਗੇ। ਸੋ ਇਸਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਅਤੇ ਨਾਲ ਨਾਲ ਨੋਟ ਵੀ ਕਰ ਲੈਣਾ ਹੈ। ਸੋ ਇੱਕ ਵਾਰੀ ਫਿਰ ਮਿਲਾਂਗੇ ਜਲਦੀ। ਬਹੁਤ ਬਹੁਤ ਧੰਨਵਾਦ।